ਮੈਂ ਪਿੰਡੋਂ ਨਿਕਲ ਜਾਂਦਾ ਸੀਗਾ ਸਵੇਰ ਹੀ ਆਪਦਾ ਕੰਮਕਾਰ ਕਰਕੇ ਕੋਈ ਕੰਮ ਨਹੀਂ ਹੁੰਦਾ ਸੀ ਇੱਕ ਨਸ਼ੇ ਦੀ ਭਾਲ ਤੇ ਮੈਂ ਕਰਦਾ ਕਰਾਉਂਦਿਆਂ ਨੂੰ ਸ਼ੀਸ਼ੀਆਂ ਦਾ ਸਿਸਟਮ ਬੰਦ ਕਰਕੇ ਮੈਂ ਚਿੱਟੇ ਵਾਲੇ ਪਾਸੇ ਨੂੰ ਪਰ ਮੈਨੂੰ ਪਿੰਡੋਂ ਫੋਨ ਆਉਂਦਾ ਮੇਰੇ ਬੇਲਿਆਂ ਦਾ ਕਹਿੰਦੇ ਅਸੀਂ ਲੈ ਕੇ ਆਏ ਆ ਨਵੇਂ ਨਵੇਂ ਆਈਟਮ ਲੈ ਕੇ ਆਏ ਆ ਜੇ ਚੈੱਕ ਕਰਨੀ ਤਾਂ ਆ ਜਾ ਮੈਂ ਜਾ ਕੇ ਉਹਨਾਂ ਦੇ ਨਾਲ ਪਹਿਲੇ ਦਿਨ ਪੰਨੀ ਤੇ ਮੰਨ ਲਓ ਚਿੱਟੇ ਦਾ ਸਵਾਦ ਦੇਖਿਆ ਪਹਿਲੇ ਦਿਨ ਸਵਾਦ ਦੇਖ ਕੇ ਦੂਜੇ ਤੀਜੇ ਦਿਨ ਮੈਂ ਆਪ ਲਾਉਣਾ ਸਿੱਖ ਗਿਆ ਸੀ ਜਾਂ ਤਾਂ ਮੈਂ ਲੁੱਟਾਂ ਖੋਹਾਂ ਵਾਲੇ ਪਾਸੇ ਚੋਰੀਆਂ ਵਾਲੇ ਪਾਸੇ ਹੋਣਾ ਤੇ ਜਾਂ ਮੈਂ ਨਸ਼ਾ ਛੱਡਣਾ ਦੋਸਤੋ ਮੇਰਾ ਨਾਂ ਜਗਰੂਪ ਮੇਰਾ ਪਿੰਡ ਡੋੜ ਜ਼ਿਲ੍ਹਾ ਫਰੀਦਕੋਟ ਹੈ ਜੀ ਪਿੰਡ 'ਚ ਨਸ਼ਾ ਲਿਓਣ ਵਾਲਾ ਵੀ ਮੈਂ ਹੀ ਆ ਤੇ ਹੁਣ ਮੇਰੀ ਕੋਸ਼ਿਸ਼ ਹੈ ਕਿ ਪਿੰਡ 'ਚੋਂ ਨਸ਼ਾ ਖਤਮ ਕਰਨ ਤੇ ਵੀ ਵੀ ਮੇਰਾ ਨਾਂ ਹੀ ਲੱਗੇ ਮੇਰੀ ਦੋਸਤੋ ਕਹਾਣੀ ਇਸ ਤਰ੍ਹਾਂ ਸਟਾਰਟ ਹੁੰਦੀ ਹੈ ਮੈਂ 8ਵੀਂ ਕਲਾਸ 'ਚ ਪੜਦਾ ਸੀਗਾ ਮੇਰੇ ਡੈਡੀ ਦੀ ਮੌਤ ਹੋ ਜਾਂਦੀ ਹੈ ਮੈਂ ਨਾਰਮਲ ਪਰਿਵਾਰ ਚੋਂ ਆ ਤੇ ਬਸ ਜਵਾਨੀ ਚ ਪੈਰ ਧਰਦਿਆਂ ਸਾਰੀ ਮੈਨੂੰ ਮਾਰੀ ਸੰਗਤ ਦਾ ਮੰਨ ਲਓ ਮੈਸ਼ਕਾਰ ਹੋ ਗਿਆ ਜਿੱਥੋਂ ਮੈਨੂੰ ਮੇਰੀ ਸਟਾਰਟਿੰਗ ਮੰਨ ਲਓ ਸੈਕਟਰ ਤੋਂ ਹੋਈ ਤੇ ਸਾਡੇ ਸ਼ੌਂਕ ਮੰਨ ਲਓ ਵੀ ਜਿਵੇਂ ਫੁਕਰੀ ਮਢੀਰ ਵਾਲੇ ਸੀਗੇ ਜਿਹਦੇ ਚ ਮੈਂ ਸਟਾਰਟਿੰਗ ਚ ਜਿਵੇਂ ਪਿੰਡ ਚ ਕੋਈ ਮਾਰਾ ਮੋਟਾ ਸੁੱਖਾ ਕਿਸੇ ਮੇਲਿਆਂ ਤੇ ਜਾਣਾ ਉੱਥੇ ਪੀ ਖਾ ਲਿਆ ਫਿਰ ਮੇਰੀ ਸਟਾਰਟਿੰਗ ਮੈਡੀਕਲ ਨਸ਼ੇਲ ਨੂੰ ਹੋ ਗਈ ਜਿਹਦੇ ਚ ਮੈਂ ਕੈਬੂਲਾਂ ਤੋਂ ਸਟਾਰਟ ਕਰਕੇ ਸ਼ੀਸ਼ਗਲ ਨੂੰ ਤੁਰ ਪਿਆ ਤੇ ਮੈਨੂੰ ਪਤਾ ਨਹੀਂ ਲੱਗਾ ਕਦੋਂ ਮੇਰੀਆਂ ਇੱਕ ਤੋਂ ਦੋ ਤੇ ਦੋ ਤੋਂ ਤਿੰਨ ਹੋ ਗਈਆਂ ਤਾਂ ਮੇਰੇ ਸ਼ੌਂਕ ਵੀ ਫਿਰ ਉਦਾਂ ਦੇ ਬਣ ਗਏ ਜਿਵੇਂ ਮੇਰੀ ਪੂੰਜੀ ਘਟ ਸੀ ਤੇ ਜਿਹਨੂੰ ਪੰਜਾਬੀ ਜਪਾਂ ਕਹਿੰਦੇ ਨੇ ਅੱਡੀਆਂ ਚੋੱਕੇ ਫਾਇਆ ਲੈਣਾ ਮੈਂ ਫਿਰ ਆਪਦਾ ਪੁਰਾਣਾ ਮੋਟਰਸਾਈਕਲ ਵੇਚ ਕੇ ਲੋਨ ਕਰਾ ਕੇ ਘਰੇ ਲੜਾਈ ਪਾ ਕੇ ਮੈਂ ਬੋਲਟ ਮੋਟਰਸਾਈਕਲ ਨਾ ਮੈਂ 2011 ਚ ਲੈ ਲਿਆ ਜਿਹਦੇ ਚ ਮੈਂ ਬਹੁਤ ਛਾਨ ਨਾ ਜਾਂਦਾ ਸੀਗਾ ਵੀ ਯਾਰ ਮੇਰੇ ਵਰਗਾ ਪਿੰਡ ਚ ਕੋਈ ਨਹੀਂ ਪਰ ਪਿੰਡ ਚ ਉਹ ਆਵਾਜ਼ਾਂ ਨਿਕਲਦੀਆਂ ਸੀਗਾ ਮੇਰੀ ਮਾਤਾ ਦੱਸਦੀ ਸੀ ਵੀ ਲੋਕੀ ਕਹਿੰਦੇ ਆ ਹੁਣੇ ਉਜੜਨ ਵਾਲੇ ਪਾਸੇ ਨੂੰ ਸਹੀ ਇਹ ਹੁਣ ਤੁਰਿਆ ਤੇ ਗੱਲ ਵੀ ਉਹ ਕਿਤੇ ਨਾ ਕਿਤੇ ਪਰ ਉਦੋਂ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਸੀਗਾ ਪਰ ਇਹ ਚੀਜ਼ ਸੱਚ ਸੀਗੀ ਮੇਰੇ ਮੰਨ ਲਓ ਜਿਹੜੀ ਉਜੜਨ ਦੀ ਸਟਾਰਟਿੰਗ ਸੀਗੀ ਇਹ 2011 ਚ ਸਹੀ ਉਸ ਦਿਨ ਤੋਂ ਸਟਾਰਟ ਹੋ ਗਿਆ ਸੀਗਾ ਜਦੋਂ ਮੈਂ ਲਿਆ ਕੇ ਘਰੇ ਆਉਦੇ ਬੁਲਟ ਮੋਟਰਸਾਈਕਲ ਠੱਲ ਲਿਆ ਸੀਗਾ ਇਵੇਂ ਸਾਲ ਦਰ ਸਾਲ ਮਹੀਨੇ ਦਰ ਮਹੀਨਾ ਚੱਲਦਾ ਰਿਹਾ ਮੈਂ ਨਸ਼ਾ ਕਰਕੇ ਆਪਦਾ ਓਵੇਂ ਮੰਨ ਲਓ ਘਰ ਦਾ ਖੇਤੀਬਾੜੀ ਮੈਂ ਕਰਦਾ ਸੀਗਾ ਕੰਮ ਕਰਦਾ ਰਿਹਾ ਕੋਈ ਬਾਹਲਾ ਪਤਾ ਨਹੀਂ ਸੀ ਕਿਉਂਕਿ ਲੈਣ ਦੇਣ ਦਾ ਸਾਰਾ ਸਿਸਟਮ ਮੇਰੇ ਆਪਦੇ ਹੱਥ 'ਚ ਹੀ ਸੀਗਾ ਮੈਂ ਜਿਵੇਂ ਮਤਲਬ ਕੋਈ ਪੈਲੀ ਤੇ ਲੋਨ ਕਰਾ ਲੈਣਾ ਜਾਂ ਕੁਝ ਜਦੋਂ ਮੈਨੂੰ ਕੋਈ ਪੈਸਿਆਂ ਦੀ ਘਾਟ ਹੋਣੀ ਮੈਂ ਆੜਤੀਆ ਕੋਲੋਂ ਵੱਧ ਫਰ ਲੈਉਣੇ ਜਾਂ ਕਿਸੇ ਨੂੰ ਕਹਿ ਦੇਣਾ ਵੀ ਯਾਰ ਵੀ ਮੇਰੇ ਬੱਚੇ ਬਿਮਾਰ ਆ ਜਾਂ ਮੇਰੇ ਕੋਈ ਘਰਿਆ ਸਿਸਟਮ ਆ ਮੈਂ ਉਸ ਹਾਵ ਨਾਲ ਮੈਨੂੰ ਪੈਸੇ ਮੰਗੇ ਮਿਲ ਜਾਂਦੇ ਸੀਗੇ ਉਸ ਟਾਈਮ ਵਾਲੋ ਦਾਰਸਦਾਰ ਮੇਰਾ ਚੱਲਦਾ ਸੀਗਾ ਸਾਰੇ ਪਾਸੇ ਤੇ ਮੈਂ ਮੇਰਾ ਸਰਕਲ ਉਵੇਂ ਰਹਿ ਗਿਆ ਤੇ ਮੈਂ ਨਸ਼ੇ ਚ ਮੰਨ ਲਓ ਦਲਦਲ ਚ ਜਿਆਦਾ ਫਸ ਗਿਆ ਐਵੇਂ ਕਰਦਿਆਂ ਨੂੰ ਮੇਰੇ ਨਾਲ ਡੈਡੀ ਦੇ ਦੋ ਵਿਆਹ ਹੋਇਆ ਈ ਜਿਹੜੀ ਮੇਰੀ ਮਤੇਈ ਮਾਂ ਸੀ ਉਹ ਨੂੰ ਮੈਂ ਉਹ ਵੀ ਮੇਰੇ ਨਾਲ ਹੀ ਰਹਿੰਦੀ ਸੀਗੀ ਪਰਿਵਾਰ ਸਾਡਾ ਇਕੱਠਾ ਸੀਗਾ ਆਪਣੇ ਪਿੰਡ ਗੁਰਦਰ ਸਾਹਿਬ ਦਾ ਲੈਂਟਰ ਪੈਣਾ ਸੀਗਾ ਤੇ ਮੈਂ ਘਰੋਂ ਝੂਠ ਮਾਰ ਕੇ ਨਸ਼ੇ ਮਾਰਾ ਉੱਥੇ ਗਿਆ ਸੀਗਾ ਬਿਮੈਲ ਇੰਟਰ ਤੇ ਚੱਲਿਆ ਕਿਉਂਕਿ ਮੈਨੂੰ ਘਰ ਦੇ ਰੋਗ ਟੋਕ ਕਰਨ ਲੱਗ ਪਏ ਸੀਗੇ ਉਦੋਂ ਮੈਂ ਉੱਥੇ ਗਿਆ ਤੇ ਮੈਨੂੰ ਉੱਥੇ ਮੇਰੇ ਉਹ ਹੀ ਬੇਲੀ ਮਿਲ ਗਏ ਤੇ ਮੈਂ ਮੋਗੇ ਨੂੰ ਮੰਨ ਲਓ ਮੋਟਰਸਾਈਕਲ ਤੇ ਆ ਗਿਆ ਸੀ ਪਿੱਛੋਂ ਅਚਾਨਕ ਮੇਰੀ ਮਾਤਾ ਵੱਡੀ ਦਾ ਜਿਹਨੂੰ ਆਪਾਂ ਕਹਿੰਦੇ ਨੇ ਮਤੇਈ ਮਾਂ ਦਾ ਐਕਸੀਡੈਂਟ ਹੋ ਗਿਆ ਮੇਰੇ ਪਿੰਡ ਵਾਲੇ ਰੋਡ ਤੇ ਉੱਥੇ ਉਹਦੀ ਮੌਤ ਹੋ ਜਾਂਦੀ ਹੈ ਮੈਨੂੰ ਪਿੱਛੋਂ ਫੋਨ ਆਉਂਦਾ ਵੀ ਤੇਰੀ ਐ ਕਰਕੇ ਮਾਤਾ ਦਾ ਐਕਸੀਡੈਂਟ ਹੋ ਗਿਆ ਵੱਡੀ ਦਾ ਤੇ ਉਹਦੀ ਮੌਤ ਹੋ ਗਈ ਆ ਮੈਂ ਕਭਰਾ ਕੇ ਝੂਠ ਮਾਰ ਦੇਣਾ ਵੀ ਮੈਂ ਤਾਂ ਸ਼ੌਣੀ ਆ। ਨਾ ਕਿ ਮੈਂ ਜਦੋਂ ਹੈ ਮੈਂ ਸੀਗਾ ਮੋਗੇ। ਜਦੋਂ ਨੂੰ ਮੈਂ ਮੋਗੇ ਨੂੰ ਮੁੜ ਕੇ ਗਿਆ ਉਸ ਦਿਨ ਮੇਰਾ ਸੱਚੀ ਗੱਲ ਆ ਮੈਂ ਤੁਹਾਡੇ ਜਰਗੇ ਦੱਸਣਾ ਚਾਹਣਾ। ਵੀ ਮੈਂ ਕੋਈ ਨਸ਼ਾ ਨਹੀਂ ਕੀਤਾ ਸੀਗਾ ਹਜੇ ਕਿਉਂਕਿ ਨਸ਼ਾ ਸੀ ਲੈਣ ਜਾਈ ਜਾਂਦੇ ਸੀਗੇ। ਮੈਂ ਜਦੋਂ ਉੱਥੋਂ ਮੁੜ ਕੇ ਪਿੰਡ ਗਿਆ ਮੇਰੇ ਜਾਣਦੇ ਨੂੰ ਮੇਰੀ ਮਾਂ ਨੂੰ ਸੜਕ ਦੇ ਪਾਈ ਬੈਠੇ ਸੀਗੇ। ਪੁਲਿਸ ਆ ਗਈ ਸਾਰੇ ਮੇਰੇ ਚਾਚੇ ਤਾਏ ਸਭ ਸਾਰਾ ਪਿੰਡ ਉੱਥੇ ਮੇਰੇ ਰਸਦਰ ਸਾਹਿਬ ਇਕੱਠੇ ਸੀ। ਜਿਹੜੇ ਬੰਦੇ ਨੂੰ ਸਭ ਤੋਂ ਪਹਿਲਾਂ ਉੱਥੇ ਹੋਣਾ ਚਾਹੀਦਾ ਸੀਗਾ ਮੈਂ ਸਭ ਤੋਂ ਮਗਰੋਂ ਉੱਥੇ ਪਹੁੰਚਿਆ ਮੇਰਾ ਕੋਈ ਨਿਸ਼ਾਨੀ ਕੀਤਾ ਸੀਗਾ ਮੈਂ ਜਾ ਕੇ ਰੋਣ ਪਿੱਟਣ ਜਦੋਂ ਲੱਗਾ ਸਾਰੇ ਬੰਦਿਆਂ ਦੇ ਮੂੰਹੋਂ ਹਰ ਇੱਕ ਰਿਸ਼ਤੇਦਾਰ ਦੇ ਮੂੰਹੋਂ ਇਹ ਹੀ ਆਵਾਜ਼ ਨਿਕਲੀ ਵੀ ਇਹ ਬੰਦਾ ਡੱਕ ਕੇ ਆ ਗਿਆ ਜੇ ਇਹਦੀ ਸਕੀ ਮਾਂ ਹੁੰਦੀ ਤਾਂ ਇਹ ਫਿਰ ਵੀ ਇੰਨੇ ਲੇਟ ਆਉਂਦਾ ਮੈਨੂੰ ਬਹੁਤ ਮੰਨ ਲਓ ਮੇਰੇ ਵਾਸਤੇ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀਗਾ ਉਹ ਮੈਂ ਆਣ ਕੇ ਮੰਨ ਲਓ ਛਾਵ ਨੂੰ ਜਿਵੇਂ ਸ਼ਿਸ਼ਕਾਰ ਹੋ ਗਿਆ ਮੈਂ ਛਾਵ ਨੂੰ ਨਸ਼ਾ ਵੀ ਕਰ ਲਿਆ ਮੈਨੂੰ ਕਿਸੇ ਨੇ ਕੁਛ ਨਾ ਕਿਹਾ ਮੈਂ ਭੋਗਤ ਕਰਉਵੇਂ ਮੰਨ ਲਓ ਕਰਦਾ ਰਿਹਾ ਮੇਰਾ ਮੈਨੂੰ ਮੈਨੂੰ ਚੱਕ ਕੇ ਮੰਨ ਲਓ ਹਸਪੀਟਲ ਦਾਖਲ ਕਰਾਤਾ ਮੈਂ ਦਾਖਲ ਹੋ ਕੇ ਉੱਥੋਂ ਆਪਦੇ ਆਪ ਨੂੰ ਮੰਨ ਲਓ ਬਚਾ ਕੇ ਮੈਨੂੰ ਲੱਗਾ ਵੀ ਹੁਣ ਮੈਂ ਇਹ ਮਾਤਾ ਮੇਰੀ ਨੂੰ ਸੱਚੀ ਸ਼ਰਧਾਂਜਲੀ ਹੈ ਵੀ ਮੈਂ ਨਸ਼ਾ ਛੱਡ ਦੇਣਾ ਮੈਂ ਸ਼ੀਸ਼ੀਆਂ ਛੱਡ ਕੇ 2-4 ਮਹੀਨੇ ਮੈਂ ਵਧਿਆ ਰਿਆ ਕਿਉਂਕਿ ਮੈਨੂੰ ਇਹ ਹੁੰਦਾ ਸੀਗਾ ਵੀ ਯਾਰ ਮੇਰੇ ਤੇ ਕੋਈ ਭਾਰੂ ਨਹੀਂ ਆ ਪਰ ਮੰਨ ਲਓ ਨਾਲ ਵਿਅਹਤਾ ਜ਼ਿੰਦਗੀ ਵਾਲਾ ਲਾ ਲਓ ਸਿਸਟਮ ਵਿਗੜਦਾ ਗਿਆ ਸਾਰੇ ਰਿਸ਼ਤਿਆਂ ਚ ਜ਼ਹਿਰ ਹੋ ਗਿਆ ਬੇਇੱਜ਼ਤੀ ਮੇਰੀ ਬਹੁਤ ਹੋ ਗਈ ਮੈਂ ਕਰਦਾ ਕਰਾਉਂਦਿਆਂ ਨੂੰ ਸੀ ਸ਼ਗਾਰਾ ਸਿਸਟਮ ਬੰਦ ਕਰਕੇ ਮੈਂ ਚਿੱਟੇ ਵਾਲੇ ਪਾਸੇ ਨੂੰ ਤੁਰ ਪਿਆ ਮੈਂ ਚਿੱਟੇ ਚ ਮਤਲਬ 2 ਸਾਲਾਂ ਨੂੰ 3 ਸਾਲਾਂ ਨੂੰ ਮਤਲਬ ਜਦੋਂ ਸਟਾਰਟਿੰਗ ਕੀਤੀ ਮੈਨੂੰ ਪਿੰਡੋਂ ਫੋਨ ਆਉਂਦਾ ਮੇਰੇ ਬੇਲੀਆਂ ਦਾ ਕਹਿੰਦੇ ਅਸੀਂ ਲੈ ਕੇ ਆਏ ਆ ਨਵੇਂ ਨਵੇਂ ਆਈਟਮ ਲੈ ਕੇ ਆਏ ਆ ਜੇ ਚੈੱਕ ਕਰਨੀ ਤਾਂ ਆ ਜਾ ਮੈਂ ਆਪਦੇ ਪਿੰਡੋਂ ਪੋੜਾਲ ਨੂੰ ਤੁਰ ਕੇ ਗਿਆ ਤੇ ਮੈਂ ਪੁਲ ਤੋਂ ਮੁੜ ਵੀ ਆਇਆ ਇੱਕ ਦਿਨ ਮੈਨੂੰ ਦੂਜੇ ਤੀਜੇ ਦਿਨ ਫੇਰ ਫੋਨ ਆਇਆ ਵੀ ਆ ਜਾ ਲੈ ਕੇ ਆਂਦਾ ਕਿਉਂਕਿ ਮੈਂ ਪਹਿਲਾਂ ਸਵਾਦ ਦੇਖਿਆ ਸੀਗਾ ਨਸ਼ੇ ਦਾ ਮੈਂ ਜਾ ਕੇ ਮੋਰ ਕੇ ਮੇਰਾ ਵੀ ਚੱਤ ਕੀਤਾ ਮੈਂ ਹਾਂ ਕੋਈ ਨਈਰ ਹੁਣ ਸਾਰਿਆਂ ਨੂੰ ਪਤਾ ਵੀ ਇਹ ਸੁਧਰਿਆ ਹੋਇਆ ਵੀ ਹੁਣ ਕੋਈ ਮੇਰੇ ਤੇ ਸ਼ੱਕ ਨਹੀਂ ਕਰਦਾਗਾ ਮੈਂ ਜਾ ਕੇ ਉਹਨਾਂ ਦੇ ਨਾਲ ਪਹਿਲੇ ਦਿਨ ਪੰਨੀ ਤੇ ਮੰਨ ਲਓ ਚਿੱਟੇ ਦਾ ਸਵਾਦ ਦੇਖਿਆ ਕਰਦਿਆ ਕਰਉਂਦੇ ਨੇ ਦੋ ਤਿੰਨ ਦਿਨ ਟੱਪੇ ਮੈਂ ਆਪਦੇ ਇੱਕ ਬੇਲੀ ਨੂੰ ਕਿਹਾ ਮਹਰ ਆਪਾਂ ਤਿੰਨ ਚਾਰ ਜਾਣੇ ਰਲ ਕੇ ਪੀਨੇ ਆ ਕਿਉਂ ਨਾ ਜਿਹੜਾ ਆਪਾਂ ਨੂੰ ਇਹ ਚੀਜ਼ ਦਾ ਆਪ ਆਪ ਹੀ ਲਿਆ ਕੇ ਤੇ ਆਪ ਵੀ ਪਹੁੰਚ ਕਰ ਗਏ ਬਸ ਉਹ ਦਿਨ ਸੀਗਾ ਵੀ ਜਿਹੜੇ ਦਿਨ ਤੋਂ ਮੰਨ ਲਓ ਵੀ ਮੈਂ ਚਿੱਟੇ ਦਾ ਮੰਨ ਲਓ ਵੀ ਪਹਿਲੇ ਦਿਨ ਸਵਾਦ ਦੇਖ ਕੇ ਦੂਜੇ ਤੀਜੇ ਦਿਨ ਮੈਂ ਆਪ ਲਾਉਣਾ ਸਿੱਖ ਗਿਆ ਸੀਗਾ ਮੈਂ ਦੋ ਤਿੰਨ ਸਾਲ ਇਹ ਲਗਾਤਾਰ ਪਨੀ ਤੇ ਪੀਤਾ ਇਸੇ ਦੌਰਾਨ ਹੀ ਮੇਰਾ ਮਤਲਬ ਜਿਵੇਂ ਮੈਂ ਲੋਨ ਕਰਾਉਣ ਲੱਗ ਪਿਆ ਉਹਦੀ ਜ਼ਮੀਨ ਤੇ ਹਾਲਾਤ ਮੇਰੇ ਮਾਰੇ ਹੋਣ ਲੱਗ ਪਏ ਕਿਉਂਕਿ ਜਿਹੜਾ ਖਰਚਾ ਮੇਰਾ 100 ਰੁਪਿਆ ਸੀ ਉਹ 500 ਤੋਂ 1000 1500 ਵੱਲ ਨੂੰ ਤੁਰ ਪਿਆ ਸੀਗਾ ਇੱਕ ਮੈਨੂੰ ਬਹੁਤ ਹੁੰਦਾ ਸੀਗਾ ਉਦੋਂ ਵੀ ਮੇਰੇ ਕੋਲੇ ਮੋਟਰਸਾਈਕਲ ਆ ਮੈਂ ਪਿੰਡ ਚੋਂ ਮੰਨ ਲਓ ਸਾਰਿਆਂ ਚੋਂ ਵੀ ਆਪਦੇ ਆਪ ਨੂੰ ਵਧੀਆ ਸਾਬਤ ਕਰਨ ਦੇ ਖਾਤਰ ਪਾਰਟੀ ਖਾਤਰ ਮੈਂ ਪਿੰਡੋਂ ਨਿਕਲ ਜਾਂਦਾ ਸੀਗਾ ਸਵੇਰੇ ਆਪਦਾ ਕੰਮਕਾਰ ਕਰਕੇ ਕੋਈ ਕੰਮ ਨਹੀਂ ਹੁੰਦਾ ਸੀ ਇੱਕ ਨਸ਼ੇ ਦੀ ਭਾਲ ਚ ਐਵੇਂ ਕਰਦਾ ਕਰਾਉਂਦਿਆਂ ਨੂੰ ਮੈਨੂੰ ਪਿੰਡ 'ਚ ਮਤਲਬ ਕਲੱਬ ਬਣਿਆ ਸੀ ਪਹਿਲਾਂ ਉਹ ਕਲੱਬ ਨਾਲ ਕੋਈ ਮਾੜਾ ਮੋਟਾ 19 ਕੇਰਾ ਸਿਸਟਮ ਬਣ ਗਿਆ ਪੰਚਾਇਤ ਨੇ ਇੱਕ ਨਵਾਂ ਕਲੱਬ ਤਿਆਰ ਕੀਤਾ ਉਹਦਾ ਮੈਨੂੰ ਪ੍ਰਧਾਨ ਬਣਾਉਣ ਵਾਸਤੇ ਕਹਿੰਦੇ ਵੀ ਇਹ ਮੁੰਡੇ ਨੂੰ ਪ੍ਰਧਾਨ ਬਣਾ ਦੇਣਾ ਮੈਂ ਸਾਰੇ ਬੈਠਿਆਂ 'ਚ ਜਿਵੇਂ ਅੱਜ ਆਪਾਂ ਬੈਠੇ ਆ ਮੈਂ ਬੈਠਿਆਂ 'ਚ ਆਣ ਕੇ ਮੈਂ ਕਿਹਾ ਵੀ ਯਾਰ ਤੁਸੀਂ ਮੈਨੂੰ ਇਹ ਚੀਜ਼ ਦੇ ਮੈਂ ਲੈਕ ਨਹੀਂਗਾ ਵੀ ਮੈਂ ਤੁਹਾਡੇ ਤੇ ਸਿਕਟਾ ਪੀਣਾ ਨਸ਼ੇੜੀ ਮੈਂ ਬੰਦਾ ਵੀ ਤੁਸੀਂ ਮੈਨੂੰ ਇਹ ਚੀਜ਼ ਨਾ ਰੱਖੋ ਪਰ ਮੇਰੇ ਬੇਲੀ ਉਹ ਸਾਰੇ ਕਿਉਂਕਿ ਮੇਰਾ ਤਾਂ ਗਰੁੱਪ ਸੀਗਾ ਅਸੀਂ 7-8 ਜਣੇ ਵਿੱਚੋਂ ਨਸ਼ਾ ਕਰਨ ਵਾਲੇ ਸੀ 70 ਮੁੰਡੇ ਮੇਰੇ ਨਾਲ ਹੋਰ ਜੋੜ ਕੇ 17 ਚੋਂ 60 ਬੰਦੇ ਜਮ੍ਹਾਂ ਵਧੀਆ ਤੇ 10 ਬੰਦੇ ਅਸੀਂ ਵਿੱਚੋਂ ਨਸ਼ੇ ਵਾਲੇ ਸੀਗੇ ਜਿੰਨਾ ਚੋਂ ਮਤਲਬ ਮੈਨੂੰ ਵੀ ਹੁੰਦਾ ਸੀ ਯਾਰ ਵੀ ਮੈਂ ਆਪਦਾ ਕੰਮਕਾਰ ਕਰਕੇ ਇਹਨਾਂ ਨੂੰ ਨਾਮ ਰੱਖਣ ਦੀ ਬਜਾਏ ਮੇਰਾ ਕੰਮ ਉਦੋਂ ਜ਼ਿਆਦਾ ਵੱਧ ਗਿਆ ਜਦੋਂ ਮੈਨੂੰ ਹੌਲੀ-ਹੌਲੀ ਪਤਾ ਲੱਗਾ ਮੇਰੇ ਪਿੰਡ 'ਚ ਮਤਲਬ ਵੀ ਵੀ ਇਹ ਬੰਦਾ ਤਾਂ ਖਰਾਬ ਆ ਇਹਨਾਂ ਨੇ ਕੁਝ ਨਹੀਂ ਕਰਨਾ ਅਸੀਂ ਪੈਸੇ ਇਕੱਠੇ ਕਰਕੇ ਟੂਰਨਾਮੈਂਟ ਕਰਾਇਆ ਵਿੱਚੋਂ ਮੈਨੂੰ ਇਹ ਹੁੰਦਾ ਸੀ ਵੀ ਯਾਰ ਆਪਾਂ 5 ਜਣੇ ਰਲਿਆਂ ਵੀ ਸਾਂਝੇ ਪੈਸੇ ਆ ਅਸੀਂ ਨਸ਼ਾ ਪਤਾ ਕਰਨ ਲੱਗ ਪਏ ਉਦੋਂ ਕੰਮ ਜਾਦੇ ਹੋ ਗਿਆ ਘਰੋਂ ਮੈਂ ਝੂਠ ਮਾਰ ਕੇ ਨਿਕਲ ਜਾਣਾ ਵੀ ਅੱਜ ਮੈਂ ਕਲੱਬ ਦਾ ਪ੍ਰਧਾਨ ਆ ਮੈਨੂੰ ਅੱਜ ਖੂਨਦਾਨ ਵਾਲਿਆਂ ਨੇ ਬੁਲਾਇਆ ਮੈਂ ਉੱਥੇ ਜਾਣਾ ਮੈਂ ਫਲਾਨੇ ਥਾਂ ਜਾਣਾ ਮੈਂ ਐਂ ਬਾਲੋ ਪੱਥੇ ਲਿਆ ਕੇ ਸਵੇਰ ਖੇਤੀ ਦਾ ਕਿੰਨਾ ਕੰਮ ਹੁੰਦਾ ਮੈਂ ਨਿਕਲ ਜਾਂਦਾ ਸੀ ਤੇ ਲੋਕੀ ਜਦੋਂ ਮੈਨੂੰ ਕਹਿੰਦੇ ਸੀ ਯਾਰ ਤੁਸੀਂ ਡੇਲੀ ਮੰਨ ਲਓ ਕਿਤੇ ਨਾ ਕਿਤੇ ਜਾਂਦੇ ਆ ਜਿਹੜੇ ਮੇਰੇ ਚੰਗੇ ਯਾਰ ਦੋਸਤ ਸੀ ਤੇ ਮੈਂ ਉਹਨਾਂ ਨੂੰ ਅੱਗੋਂ ਮਜ਼ਾਕ ਕਰ ਦਿੰਦਾ ਸੀ ਯਾਰ ਵੀ ਤੁਸੀਂ ਜ਼ਿੰਦਗੀ ਚ ਕੀ ਘਟ ਲਿਆ ਦੋਸਤੋ ਹਾਲਾਤ ਇਦਾਂ ਦੇ ਹੋ ਗਏ ਸੀਗੇ ਵੀ ਮੈਂ ਲੋਕਾਂ ਤੋਂ ਆਪਦੇ ਬੱਚਿਆਂ ਦੇ ਨਾਂ ਤੇ ਵੀ ਮੇਰੇ ਬੱਚੇ ਬਿਮਾਰ ਮੈਂ ਪੈਸੇ ਮੰਗਣ ਲੱਗ ਪਏ ਸਾਰੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਸਾਰਿਆਂ ਨੇ ਮੇਰੇ ਤੋਂ ਮੰਨ ਲਉ ਮੁਖ ਮੋੜ ਲਿਆ ਕਿਉਂਕਿ ਇਹਦੇ ਚ ਗਲਤੀ ਇਕੱਲੀ ਮੇਰੀ ਸੀਗੀ ਮੇਰੇ ਕੋਲੇ ਦੋ ਹੀ ਰਾਸਤੇ ਬਚੇ ਸੀਗੇ ਜਾਂ ਤਾਂ ਮੈਂ ਲੁੱਟਾਂ ਖੋਹਾਂ ਵਾਲੇ ਪਾਸੇ ਚੋਰੀਆਂ ਵਾਲੇ ਪਾਸੇ ਹੋਣਾ ਤੇ ਜਾਂ ਮੈਂ ਨਸ਼ਾ ਛੱਡਣਾ ਇਹਨਾਂ ਦੋਹਾਂ ਚੋਂ ਮੈਂ ਆਪਣੇ ਪਰਿਵਾਰ ਨੂੰ ਦੇਖ ਕੇ ਨਿੱਕੇ ਆਪਣੇ ਬੱਚਿਆਂ ਨੂੰ ਦੋਹਾਂ ਨੂੰ ਦੇਖ ਕੇ ਮੈਨੂੰ ਹੋਇਆ ਵੀ ਕਿਉਂ ਨਾ ਆ ਵੀ ਆਪਾਂ ਕੋਸ਼ਿਸ਼ ਕਰਕੇ ਦੇਖ ਗਏ ਵੀ ਕਹਿੰਦੇ ਆ ਵੀ ਸੈਂਟਰ ਚ ਜਾ ਕੇ ਬੰਦਾ ਨਸ਼ਾ ਛੱਡ ਦਿੰਦਾ ਕਰਦਿਆਂ ਨੇ ਪਤਾ ਕਰ ਲਿਆ ਸੀਗਾ ਪਰ ਮੇਰਾ ਫੈਸਲਾ ਇਹ ਆਪਦੇ ਆਪ ਹੀ ਸੀ ਮੈਂ ਉਹਨਾਂ ਨੂੰ ਕਹਤਾ ਸੀ ਵੀ ਮੈਂ ਨਸ਼ਾ ਮੈਨੂੰ ਅਜ ਦੀ ਦਿਹਾੜੀ ਕਰ ਲੈਣ ਦਿਓ ਵੀ ਮੈਂ ਇਹ ਤੋਂ ਬਾਅਦ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਤੇ ਮੈਂ ਜਾਨ ਨੂੰ ਤੁਹਾਡੇ ਨਾਲ ਤਿਆਰ ਹਾਂ 2015 ਚ 9 ਤਰੀਕ 10ਵਾਂ ਮਹੀਨਾ ਸੀਗਾ ਮੈਂ ਆਪਦੀ ਆਪ ਜਾ ਕੇ ਮੰਨ ਲਓ ਸੈਂਟਰ ਚ ਭਰਤੀ ਹੋ ਗਿਆ ਉਸ ਤੋਂ ਬਾਅਦ ਮੈਂ ਆਣ ਕੇ 4 ਮਹੀਨਾ ਬਾਅਦ ਮੈਂ ਪਿੰਡ ਆਇਆ ਤੇ ਮੈਨੂੰ ਘਰੋਂ ਆਉਂਦਿਆਂ ਸਾਰ ਇਹ ਹੀ ਚੀਜ਼ਾਂ ਮੰਨ ਲਓ ਜਿਹੜਾ ਕੋਈ ਮੈਨੂੰ ਮੈਲ ਜਾਂਦਾ ਇਹ ਦੱਸਦੇ ਸੀ ਵੀ ਪਿੰਡ ਵਾਲੇ ਲੋਕ ਕਹਿੰਦੇ ਆ ਬਈ ਭਾਈ ਇਹਨੂੰ ਜਿੱਥੇ ਮਰਜ਼ੀ ਛੱਡ ਦਿਓ ਇਹ ਬੰਦਾ ਨਸ਼ਾ ਨਹੀਂ ਛੱਡ ਸਕਦਾ ਕਿਉਂਕਿ ਪਿੰਡ 'ਚ ਘਾਤ ਮਸ਼ਹੂਰ ਹੋ ਗਈ ਸੀ ਵੀ ਜੇ ਨਿੱਕਾ ਜੰਮ ਦਾ ਜਵਾਕ ਵੀ ਇਹ ਮੁੰਡੇ ਨੂੰ ਚੁਕਾ ਦਿਓ ਤਾਂ ਉਹ ਬੰਦੇ ਨੂੰ ਮੰਨ ਲਓ ਜਵਾਕ ਦਾ ਟੈਸਟ ਕਰਾ ਲਓ ਉਹਦੇ ਬਲੱਡ 'ਚ ਵੀ ਮੰਨ ਲਓ ਵੀ ਨਸ਼ਾ ਹੋਣਾ ਹੀ ਹੋਣਾ ਬਈ ਇੱਥੋਂ ਤੱਕ ਮੈਂ ਬਦਨਾਮ ਸੀ ਕਿਉਂਕਿ ਮੈਂ ਆਪਦੇ ਬੱਚਿਆਂ ਦੇ ਨਾਂ ਤੇ ਪੈਸੇ ਥੇਲੇ ਮੰਗਣੇ ਸਟਾਰਟ ਕਰਤੇ ਸੀਗੇ ਘਰੇ ਕੋਈ ਚੀਜ਼ ਕਣਕ ਕੋਈ ਇਨਵਰਟਰ ਜਿਹੜੀ ਚੀਜ਼ ਵੀ ਮੇਰੇ ਹੱਥੋਂ ਦੀ ਸੀ ਕੋਈ ਪੈਸਿਆਂ ਵਾਲੀ ਮੈਂ ਉਹ ਵੇਚ ਦਿੰਦਾ ਸੀਗਾ ਮੈਂ ਹੌਲੀ ਹੌਲੀ ਕਰਦਿਆਂ ਮੈਂ ਮੰਨ ਲਓ 6 ਮਹੀਨੇ 4 ਮਹੀਨੇ ਮੈਂ ਕੱਢੇ ਮੇਰੇ ਤੇ ਕਰਦਿਆਂ ਨੂੰ ਵਿਸ਼ਵਾਸ ਹੋ ਗਿਆ ਥੋੜਾ ਥੋੜਾ ਵੀ ਇਹ ਬੰਦਾ ਸਾਡਾ ਸੁਧਰ ਗਿਆ ਮੈਂ ਸੈਂਟਰਾਂ ਦੇ ਟੱਚ 'ਚ ਰਹਿਣ ਲੱਗ ਪਿਆ ਮੈਨੂੰ ਹੌਲੀ ਹੌਲੀ ਸਾਲ ਜਦੋਂ ਮੈਂ ਪੂਰਾ ਕਰ ਲਿਆ ਤਾਂ ਮੈਂ ਘਰੇ ਆਪਦੇ ਘਰ ਦੀ ਨਾਲ ਇਹ ਚੀਜ਼ ਦੀ ਸਲਾਹ ਕਰਦਾ ਵੀ ਬਰਬਾਦੀ ਮੈਂ ਬਹੁਤ ਕਰ ਲਈ ਆ ਨਸ਼ਾ ਛੱਡ ਕੇ ਵੀ ਮੇਰੀ ਇਹ ਹੀ ਪ੍ਰਾਪਤੀ ਆ ਵੀ ਜੇ ਮੇਰੇ ਕੋਲੇ ਜਿਹੜੀ 4 ਕਿੱਲੇ ਜ਼ਮੀਨ ਆ ਜੇ ਮੈਂ ਆਪਦੇ ਬੱਚਿਆਂ ਵਾਸਤੇ ਬਚਾਲਾਂ ਤਾਂ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਇਹਦੇ ਹਸਤੇ ਵੀ ਤੈਨੂੰ ਮੇਰੇ ਨਾਲ ਸਾਥ ਦੇਣਾ ਪਊਗਾ ਵੀ ਤੂੰ ਇਹ ਨਹੀਂ ਸੋਚਣਾ ਵੀ ਆਪਾਂ ਮੰ ਲੋ ਮੈਂ ਕੰਮ ਕਰਨਾ ਕੋਈ ਨਾ ਕੋਈ ਮੈਂ ਨਿੱਕਾ ਕਰ ਲਾਂ ਕੋਈ ਵੱਡਾ ਕਰ ਲਾਂ ਮੈਂ ਇੱਥੋਂ ਤੱਕ ਸੋਚ ਲਿਆ ਸੀ ਵੀ ਮੈਂ ਆਪਦੇ ਜਵਾਕ ਪਾਲਣ ਵਾਸਤੇ ਵੀ ਜੇ ਮੈਂ ਨਸ਼ਾ ਛੱਡਿਆ ਤਾਂ ਮੈਂ ਹੁਣ ਭਾਵੇਂ ਦੀ ਮੈਨੂੰ ਮਿਸਤਰੀ ਨਾ ਦਿਹਾੜੀ ਕਰਨੀ ਪਵੇ ਵੀ ਮੈਂ ਜਾਊਂਗਾ ਜ਼ਰੂਰ ਮੈਂ ਕਰਦਾ ਕਰਾਉਂਦਾ ਗਰਾਊਂਡ 'ਚ ਮੇਰੇ ਮੰ ਲੋ ਕ੍ਰਿਕਟ ਖੇਡਦਿਆਂ ਮੇਰੇ ਪਿੰਡ ਦਾ ਮਾਸਟਰ ਸੀਗਾ ਮਾਲਕ ਸਕੂਲ ਦਾ ਉਹਦੇ ਨਾਲ ਮੇਰੀ ਅਟੈਚਮੈਂਟ ਹੋ ਗਈ ਮੈਂ ਸਕੂਲ 'ਚ ਸਿਕਿਉਰਿਟੀ ਗਾਰਡ ਦੀ ਨੌਕਰੀ ਮੈਨੂੰ ਮਿਲ ਗਈ ਮੇਰਾ ਮਜ਼ਾਕ ਵੈਸੇ ਮੈਨੂੰ ਪਤਾ ਬਹੁਤ ਉੱਡਿਆ ਪਰ ਮੈਨੂੰ ਉੱਥੋਂ ਮੈਂ ਤਿੰਨ ਸਾਲੇ ਨੌਕਰੀ ਕੀਤੀ ਗੇਟ ਖੋਲਦਾ ਸੀਗਾ ਸਰਾਂ ਮੈਨੂੰ ਕਿਤੇ ਬਾਹਰ ਅੰਦਰ ਕੰਮ ਕਰ ਘੱਲਣਾ ਮੈਂ ਨਸ਼ੇ ਤੋਂ ਦੂਰ ਹੋ ਕੇ ਐਵੇਂ ਮੈਂ ਮੰਨ ਲਓ ਵੀ ਕੋਈ 2-4 ਸਾਲ ਮੇਰੇ ਪੂਰੇ ਹੋ ਗਏ ਸੀਗੇ ਉਹਦੇ ਨੂੰ ਮੇਰਾ ਪਿੰਡ 'ਚ ਮੰਨ ਲਓ ਮੇਰੇ ਰਿਸ਼ਤਦਾਰਾਂ ਨੂੰ ਮੇਰੇ ਪਰਿਵਾਰ ਨੂੰ ਵਿਸ਼ਵਾਸ ਹੋ ਗਿਆ ਸੀ ਵੀ ਇਹ ਬੰਦਾ ਵਾਕਈ ਜ਼ੀਰੋ ਤੋਂ ਜ਼ਿੰਦਗੀ ਸਟਾਰਟ ਕਰਨ ਲੱਗਾ ਲੋਕਡਾਊਨ ਹੋ ਗਿਆ ਕੋਈ ਬਾਲੀ ਪ੍ਰਾਪਤੀ ਵਾਲਾ ਸਿਸਟਮ ਨਹੀਂ ਸੀ ਘਰੇ ਸੌਦਾ ਪੱਤਾ ਆਉਣ ਲੱਗ ਪਿਆ ਸੀਗਾ ਲੋਕਡਾਊਨ 'ਚ ਸਕੂਲ ਬੰਦ ਹੋ ਗਏ ਮੇਰਾ ਕੰਮ ਕਰ ਰੁਕ ਗਿਆ ਮੈਂ ਦ ਇੱਕ ਦੋ ਪਸ਼ੂ ਸੀਗੇ ਮੇਰੇ ਕੋਲੇ ਬਾਲੀ ਪੂੰਜੀ ਨਹੀਂ ਸੀ ਆਪਦੀ 4 ਕਿੱਲਾਂ ਦੀ ਵਾਈਨ ਮਤਲਬ ਮੇਰੇ ਲੈਣੇ ਦੇਣਾਂ ਦਾ ਸਰਕਲ ਇੰਨਾ ਕੁ ਸੀਗਾ ਹਾਲਾਤ ਮਾੜੇ ਸੀ ਵੀ ਘਰੇ ਸੌਦਾ ਲਿਆਉਣ ਜੋਗੇ ਪੈਸੇ ਮੇਰੇ ਕੋਲੇ ਨਸ਼ਾ ਛੱਡਣ ਤੋਂ ਬਾਅਦ ਵੀ ਹੈ ਨਹੀਂ ਸੀਗੇ ਮੈਂ ਬੱਚੇ ਮੇਰੇ ਪੜਨ ਲੱਗ ਪੇ ਖਰਚਾ ਵੱਧ ਗਿਆ ਮੈਂ ਹੌਲੀ ਹੌਲੀ ਕਰਦਿਆਂ ਮੈਨੂੰ ਮੈਂ ਘਰੇ ਬੈਠੇ ਬੈਠੇ ਨੇ ਮੈਂ ਕਿਹਾ ਪੂੰਜੀ ਮੇਰੇ ਕੋਲੇ ਥੋੜੀ ਮੈਂ 10000 ਰੁਪਇਆ ਲਾ ਕੇ ਚਪਲਾਂ ਦਾ ਕੰਮ ਸਟਾਰਟ ਕਰ ਲਿਆ ਲਾਕਡਾਊਨ 'ਚ ਮੈਂ ਚਪਲਾਂ ਪਿੰਡ ਦਾ ਪਿੰਡ ਜਾ ਕੇ ਵੇਚਦਾ ਰਿਆ ਜਿਵੇਂ ਮੈਨੂੰ ਚਾਲੀਆਂ ਦੀ ਪੈਣੀ ਮੈਂ ਪੰਜਾਵਾਂ ਦੀ ਪਿੰਡ ਸਪੀਕਰ ਲਾ ਕੇ ਮੰਨ ਲਓ ਵੀ ਅੰਦਰੋਂ ਦਰ ਆਉਂਦਾ ਆਪ ਨੂੰ ਕੋਸਦਾ ਸੀ ਵੀ ਜੇ ਤੂੰ ਬਿ ਆਪ ਦੀ ਆਪ ਹੀ ਇਹ ਹਾਲਾਤ ਲਿਆਂਦੇ ਆ ਤੇ ਮੈਂ ਬਦਲਣੇ ਵੀ ਆਪ ਦੀ ਆਪ ਹੀ ਆ ਮੈਂ ਚੀਜ਼ਾਂ ਕਰਦਾ ਕਰਦਿਆਂ ਮੰਨ ਲਓ ਮੈਨੂੰ ਵੀ ਹੌਸਲਾ ਹੋ ਗਿਆ ਵੀ ਨਹੀਂ ਯਾਰ ਵੀ ਤੂੰ ਕੰਮ ਕਰ ਸਕਦਾ ਮੇਰੀ ਸ਼ਰਮ ਲੈ ਗਈ ਸੀਗੀ ਕਿਉਂਕਿ ਕਿਸੇ ਨੂੰ ਦੱਸਣ ਤੇ ਮੈਨੂੰ ਕੋਈ ਇਹਦੇ ਚ ਐ ਮੈਨੂੰ ਮਹਿਸੂਸ ਨਹੀਂ ਹੁੰਦਾ ਸੀ ਯਾਰ ਵੀ ਕੰਮ ਕੋਈ ਨਿੱਕਾ ਵੱਡਾ ਵੀ ਮੈਨੂੰ ਇਹ ਸੀਗਾ ਮੈਂ ਯਾਰ ਮੇਰੇ ਬੱਚੇ ਕਿਸੇ ਦੇ ਹੱਥਾਂ ਲ ਦਸਾਂ ਰਪੰਗਾ ਉਹਨਾਂ ਚ ਆਕਣ ਵੀ ਕੰਮ ਸੇ ਕੰਮ ਮੈਂ ਸਬਜੀ ਤੇ ਇਹਨਾਂ ਦੇ ਖਾਣਸਦੇ ਚੀਜ਼ ਘਰੇ ਲਿਆ ਸਕਦਾ ਜੇ ਬਾਲੀ ਗੱਲ ਇਵੇਂ ਕਰਦਿਆਂ ਕਰਾਉਂਦਿਆਂ ਨੂੰ ਮੇਰਾ ਵਧੀਆ ਸਰਕਲ ਰੈਡ ਦਾ ਰਿਹਾ ਮੈਂ ਉਸ ਤੋਂ ਬਾਅਦ ਮੰਨ ਲਓ ਵੀ ਮੈਨੂੰ ਇਹ ਸੀਗਾ ਵੀ ਮੈਂ ਆਪਦੇ ਬੀਲਿੰਗਾਂ ਦੇ ਟੱਚ ਚ ਰਿਹਾ ਸੀਗਾ ਸੈਂਟਰ ਦਾ ਕੰਮ ਉਹਨਾਂ ਦੇ ਨਾਲ ਮੈਂ ਕਰਨ ਲੱਗ ਪਿਆ ਜਿਹਦੇ ਚੋਂ ਮੈਨੂੰ ਮੇਰਾ ਵਧੀਆ ਪਰਿਵਾਰ ਵੀ ਚੱਲਣ ਲੱਗ ਪਿਆ ਮੇਰਾ ਆਪਦਾ ਸਿਸਟਮ ਵੀ ਸੈੱਟ ਹੁੰਦਾ ਗਿਆ ਪਿੰਡ 'ਚ ਵਿਸ਼ਵਾਸ ਵਧਦਾ ਗਿਆ ਆਪਦੇ ਮੇਰੇ ਪਰਿਵਾਰ ਨੂੰ ਵਿਸ਼ਵਾਸ ਇਹ 'ਚ ਵਧਦਾ ਗਿਆ ਤੇ ਪਿੰਡ 'ਚੋਂ ਨਸ਼ਾ ਮਤਲਬ ਹੁਣ ਮੈਂ ਖਤਮ ਕਰਨ ਤੇ ਵੀ ਆਪਦੇ ਪੂਰਾ ਮੰਨ ਲਓ ਵੀ ਜੋਰ ਲਾ ਰਿਆ ਕੋਸ਼ਿਸ਼ ਕਰ ਰਿਹਾ ਕਿਉਂਕਿ ਮੈਂ ਜਿਵੇਂ ਜਿਵੇਂ ਮੰਨ ਲਓ ਵੀ ਅੱਗੇ ਵਧਦਾ ਗਿਆ ਨਸ਼ਾ ਛੱਡ ਕੇ ਆਪਦੇ ਕੰਮਕਾਰਾਂ ਵਾਲਾ ਆਪਦੇ ਪਰਿਵਾਰ ਵਾਲਾ ਧਿਆਨ ਦਿੱਤਾ ਤੇ ਮੇਰੇ ਨਾਲ ਇਹ ਚੀਜ਼ ਦੇ ਵਿੱਚ ਹੁਣ ਮੇਰੇ ਪਿੰਡ ਦੇ ਮੰਨ ਲਓ 4 ਤੋਂ 5 ਮੁੰਡੇ ਜਿਨ੍ਹਾਂ ਨੂੰ ਕਿਸੇ ਨੂੰ 1 ਸਾਲ ਕਿਸੇ ਨੂੰ 1.5 ਸਾਲ ਇੱਕ ਮੇਰੇ ਬੇਲੀ ਨੂੰ 6 ਸਾਲ ਹੋ ਗਿਆ 7 ਸਾਲ ਦੇ ਲਗਭਗ ਮੈਨੂੰ ਨਸ਼ਾ ਛੱਡੇ ਨੂੰ ਹੋ ਗਿਆ ਤੇ ਆਪਦੇ ਆਪ ਨੂੰ ਮੈਂ ਬਚਾਉਣ ਦੀ ਖਾਤਰ ਉਹਨਾਂ ਨਾਲ ਜਿਹੜੇ ਬੰਦਿਆਂ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਉਹ ਬੰਦਿਆਂ ਦੇ ਉਹਨਾਂ ਨੂੰ ਆਪਦੇ ਟੱਚ 'ਚ ਰੱਖ ਕੇ ਉਹ ਮੇਰੀ ਮਦਦ ਕਰਦੇ ਆ ਕਿਤੇ ਵੀ ਪੁੱਛ ਗਏ ਚ ਹੁੰਦੀ ਆ ਮੈਂ ਉਹਨਾਂ ਦੀ ਮਦਦ ਕਰਦਾ ਮੇਰੀ ਤਾਂ ਇੰਨੇ ਕੀ ਬੇਨਤੀ ਆ ਵੀ ਤੁਸੀਂ ਇਹ ਚੀਜ਼ਾਂ 'ਚ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਮੁੰਡਿਆਂ ਕੋਲੇ ਹੁਣ ਮੌਕਾ ਨਵੇਂ ਮੁੰਡਿਆਂ ਕੋਲੇ ਕਿਉਂਕਿ ਪਿੱਛੇ ਮੈਂ ਤਾਂ ਇਹ ਚੀਜ਼ ਗਵਾ ਚੁੱਕਿਆ ਮੈਂ ਤਾਂ ਸਿਰਫ ਆਪਦੇ ਬੱਚੇ ਪਾਲਣ ਤੇ ਕਰਸੀਮ ਤਾਂ ਤੁਸੀਂ ਆਉਣ ਵਾਲਾ ਆਪਦਾ ਸਮਾਂ ਇਹ ਚੀਜ਼ਾਂ 'ਚ ਪਾ ਕੇ ਖਰਾਬ ਨਾ ਕਰੋ ਇੱਕ ਦੂਜੇ ਨਾਲ ਇਹ ਚੀਜ਼ਾਂ ਤੇ ਬਹਿਸ ਬਾਜੀ ਨਾ ਕਰੋ ਤੇ ਨਸ਼ਾ ਛੱਡ ਕੇ ਤੇ ਬਿਨਾਂ ਨਸ਼ੇ ਤੋਂ ਜਿਹੜੇ ਬੰਦੇ ਜ਼ਿੰਦਗੀ ਜਿਉਂਦੇ ਆ ਉਹ ਚੀਜ਼ ਦਾ ਨਾਂ